ਪਹਿਲਾਂ ਮੈਨੂੰ ਹਰਨੀਆ ਦੀ ਪ੍ਰੋਬਲਮ ਹੋਈ ਸੀ। ਮੈਂ ਜਲੰਧਰ ਆਇਆ, ਮੈਂ ਸਟਾਰ ਹੋਸਪਿਟਲ ਮੈਂ ਪਹੁੰਚਿਆ, ਮੈਨੂੰ ਬੈਸਟ ਚੋਇਸ ਦੂਰਬੀਨ ਵਾਲੀ ਲੱਗੀ, ਇਸ ਕਰਕੇ ਮੈਂ ਦੂਰਬੀਨ ਵਾਲਾ ਕਰਾਇਆ। ਯਾਨੀ ਕਿ ਬਹੁਤ ਵਧੀਆ ਹੋ ਗਿਆ, ਬਹੁਤ ਵਧੀਆ ਸਟਾਫ ਇਸ ਦਾ। ਮੈਂ ਮੇਰਾ ਨਾਮ ਤਰਸੇਮ ਸਿੰਘ, ਸਨ ਆਫ ਬਾਬਾ ਸਿੰਘ, ਪਿੰਡ ਮਾਂਡੇ ਬ੍ਰਹੀਵਾਲ, ਜ਼ਿਲ੍ਹਾ ਕਪੂਰਥਲੇ ਦਾ ਰਹਿਣ ਵਾਲਾ। ਮੇਰੇ ਕੁਛ ਟਾਈਮ ਪਹਿਲਾਂ, ਅੱਜ ਤੋਂ ਮਹੀਨਾ ਕੁ ਪਹਿਲਾਂ, ਮੈਨੂੰ ਹਰਨੀਆ ਦੀ ਪ੍ਰੋਬਲਮ ਹੋਈ ਸੀ, ਜੋ ਕਿ ਮੈਂ ਕਾਫੀ ਜਗ੍ਹਾ ਤੋਂ ਪਤਾ ਕੀਤਾ ਵੀ ਇਹਦਾ ਕੋਈ ਮੈਡੀਸਿਨ ਹੈਗੀ ਜਾਂ ਕੁਛ ਵੀ ਹੈਗਾ ਉਹਦੇ ਬਾਰੇ। ਮੈਨੂੰ ਪਤਾ ਲੱਗਾ ਵੀ ਇਹਦੀ ਕੋਈ ਮੈਡੀਸਿਨ ਨਹੀਂ ਹੈਗੀ। ਇਸ ਤੋਂ ਬਾਅਦ ਮੈਂ ਜਲੰਧਰ ਆਇਆ, ਮੈਂ ਸਟਾਰ ਹੋਸਪਿਟਲ ਮੈਂ ਪਹੁੰਚਿਆ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਬਹੁਤ ਵਧੀਆ ਸਟਾਫ, ਬਹੁਤ ਵਧੀਆ ਸਾਰੇ ਨੇ ਮੇਰੇ ਨਾਲ ਗੱਲਬਾਤ ਕੀਤੀ, ਮੈਨੂੰ ਗਾਈਡ ਕੀਤਾ। ਇਹਦਾ ਕੋਈ ਆਪਰੇਸ਼ਨ ਦੂਰਬੀਨ ਵਾਲਾ ਜਾਂ ਦੂਸਰਾ ਜਿਹਾ ਜੋ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਕਰਾ ਸਕਦੇ ਹੋ। ਮੈਨੂੰ ਬੈਸਟ ਚੋਇਸ ਦੂਰਬੀਨ ਵਾਲੀ ਲੱਗੀ, ਇਸ ਕਰਕੇ ਮੈਂ ਦੂਰਬੀਨ ਵਾਲਾ ਕਰਾਇਆ। ਮੈਂ ਆਪਣੇ ਆਪ ਨੂੰ ਬਹੁਤ ਬੈਟਰ ਫੀਲ ਕਰ ਲਿਆ, ਯਾਨੀ ਕਿ ਬਹੁਤ ਵਧੀਆ ਹੋ ਗਿਆ, ਬਹੁਤ ਵਧੀਆ ਸਟਾਫ ਇਸ ਦਾ। ਮੈਂ ਇਹੀ ਕਹਿੰਦਾ ਵੀ ਜਿਸੇ ਕਿਸੇ ਨੇ ਹੋਰ ਨੇ ਵੀ ਕਰਾਉਣਾ, ਇਸੇ ਸਟਾਰ ਹੋਸਪਿਟਲ ਆਏ, ਬਹੁਤ ਵਧੀਆ ਕੰਮ ਹੁੰਦਾ, ਬਹੁਤ ਜਾਇਜ਼ ਰੇਟ 'ਤੇ ਆ, ਕੁਝ ਮਹਿੰਗਾ ਨਹੀਂ ਹੈਗਾ, ਬਹੁਤ ਵਧੀਆ। ਮੈਨੂੰ ਅੱਜ ਪੰਜਵਾਂ ਦਿਨ ਹੋ ਗਿਆ ਆਪਰੇਸ਼ਨ ਕਰਾਏ ਨੂੰ। ਮੈਂ ਪਹਿਲੇ ਦਿਨ ਹੀ ਵਧੀਆ ਤੁਰਨ ਫਿਰਨ ਲੱਗ ਪਿਆ ਸੀ, ਇਹ ਨਹੀਂ ਕਿ ਮੈਂ ਪੰਜਵੇਂ ਦਿਨ ਹੀ ਤੁਰਦਾ ਫਿਰਦਾ, ਪਹਿਲੇ ਦਿਨ ਹੀ ਮੈਂ ਬਹੁਤ ਵਧੀਆ ਤੁਰਦਾ ਫਿਰਦਾ, ਆਪਣਾ ਬਾਥਰੂਮ ਸਭ ਕੁਝ ਜਾਂਦਾ ਉਹਨਾਂ 'ਤੇ, ਮੈਂ ਬਹੁਤ ਵਧੀਆ ਹਾਂ। ਅੱਜ ਮੇਰਾ ਸਭ ਕੁਛ ਪੱਤੀ ਪੁੱਟੀ ਜੋ ਵੀ ਸਭ ਕੁਛ ਉਤਾਰ ਦਿੱਤਾ ਗਿਆ, ਅਤੇ ਮੈਂ ਬਹੁਤ ਵਧੀਆ ਹਾਂ, ਯਾਨੀ ਕਿ ਤੁਰ ਫਿਰ ਸਕਦਾ, ਆਪਣਾ ਵਧੀਆ ਕੰਮ ਕੰਮਕਾਰ ਵੀ ਵਧੀਆ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ।